اللہ کملی والا عرش تے جا رہے ہیں، اللہ نے فرمایا سفر کرنی ہے سیر کرنی ہے، ارد کی عالم ہے تے اپنے وطن چوں نکل جاواں، اپنے شہر چوں نکل جاواں، پردیسی ہو جاواں، میں تے مسافر بن جانا، کملی والا عرش تے جا کے بھی اجے بھی مسافر نہیں بنیا۔ اللہ فرمایا دنیا والے جڑا اپنے شہر چوں نکل جاوے، اپنے دیش تے وطن چوں نکل جاوے، او پردیسی بن جاندا ہے، او مسافر بن جاندا ہے۔ اللہ جڑا ایس تو اچھا بولے تینوں میں راج تے جان والے دا واسطہ انہوں کملی والے دیا جاگ دیا زیارت عطا فرما۔ ماشاءاللہ ماشاءاللہ ہن کا میں تھے رکھا جا بھائی۔ اللہ نے رجا فرمایا سبحان اللہ مار دے او مر
ਪਰੇਸ਼ਾਨ ਹੋਵੇ ਨਾ ਤਿਆਰ ਹੋਵੇ ਨਾ ਜਿਗਰੀ, ਉਹ ਆਪਣੇ ਯਾਰ ਨੂੰ ਪਰੇਸ਼ਾਨ ਵੇਖ ਕੇ ਕਹਿੰਦੇ ਚੱਲ ਉੱਠ, ਆ ਮੈਂ ਤੈਨੂੰ ਸੈਰ ਕਰਾ ਕੇ ਲਿਆਵਾਂ, ਤੇਰਾ ਜ਼ਿਹਨ ਬਦਲ ਜੇ, ਤੇਰੀ ਸੋਚ ਬਦਲ ਜੇ, ਆ ਮੈਂ ਤੈਨੂੰ ਕਿਸੇ ਖੁਸ਼ ਨਮਾਜ਼ ਜਗ੍ਹਾ ਤੇ ਲੈ ਕੇ ਜਾਵਾਂ, ਤੈਨੂੰ ਸੈਰ ਕਰਾ ਕੇ ਲਿਆਵਾਂ, ਤੇਰੀ ਸੋਚ ਬਦਲੇ, ਤੇਰੀ ਪਰੇਸ਼ਾਨੀ ਦੂਰ ਹੋਵੇ। ਅੱਲਾ ਦੇ ਮਹਬੂਬ ਨੇ ਆਪਣੇ ਮੁਲਕ ਤੇ ਆਪਣੀ ਹਕੂਮਤ ਦੇ ਇੱਕ ਸੂਬੇ ਚ ਦੂਸਰੇ ਸੂਬੇ ਚ ਜਾਣਾ ਸੀ ਨਾ, ਅੱਲਾ ਫਰਮਾਇਆ ਜਿਬਰੀਲ ਅੱਜ ਹਰ ਸ਼ਹਿਰ ਹੀ ਨਵੀਂ ਕਰਦੇ, ਮੇਰਾ ਯਾਰ ਆ ਰਿਹਾ ਨਾ। ਹੁਣ ਜਿਬਰੀਲ ਕਦੇ ਨਬੀਆਂ ਨੂੰ ਪੈਗਾਮ ਦੇ, ਕਦੇ ਹੂਰਾਂ ਨੂੰ ਪੈਗਾਮ, ਕਦੇ ਫਰਿਸ਼ਤਿਆਂ ਨੂੰ ਪੈਗਾਮ, ਕਦੇ ਜੰਨਤ ਸਜਾ, ਕਦੇ ਦੋਜ਼ਖ ਬੁਝਾ, ਫਰਿਸ਼ਤੇ ਇੰਤਜ਼ਾਮ ਜਿਬਰੀਲ ਕਰਾ ਰਹੇ ਨਾ, ਤੇ ਫਰਿਸ਼ਤੇ ਕਰੀਬ ਆ ਕੇ ਕਹਿੰਦੇ ਨੇ ਜਿਬਰੀਲ ਕਿਆਮਤ ਆਉਣ ਲੱਗੀ, ਫਰਮਾ ਨਹੀਂ 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 ਖੁਦਾ ਦਾ ਵਾਹੀ ਆਵਣ ਲੱਗਾ। ਫਰਿਸ਼ਤੇ ਕਰੀਬ ਆ ਕੇ ਕਹਿਣ ਲੱਗੇ ਕਿੰਨੀਆਂ ਸਦੀਆਂ ਬਾਅਦ ਆਉਣਗੇ 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 ਆਉਣਗੇ, ਅਸੀਂ ਸਦੀਆਂ ਗੁਜ਼ਰ ਗਈਆਂ ਯਾਰ ਦੀਆਂ ਰਾਵਾਂ ਵੇਖਦੇ ਆ, ਆਉਣਗੇ ਕਿੰਨੀਆਂ ਸਦੀਆਂ ਲਈ ਆਉਣਗੇ। ਫਰਿਸ਼ਤਿਆਂ ਨੇ ਜਿਬਰੀਲ ਨੇ ਅੱਗੇ ਸਦੀਆਂ ਦੀ ਗੱਲ ਨਾ ਕਰਿਆ, ਇੱਕ ਰਾਤ ਦੇ ਨਿੱਕੇ ਜਿਹੇ ਹਿੱਸੇ ਲਈ ਆਉਣਗੇ। ਫਰਿਸ਼ਤੇ ਅਰਜ਼ ਕੀਤੀ ਆ ਅੱਲਾ ਕਿ ਬੁਲਾਣ ਯਾਰ ਨੂੰ ਸਦੀਆਂ ਵਾਸਤੇ ਬੁਲਾਓ, ਅਸੀਂ ਰੱਜ ਕੇ ਯਾਰ ਦੀ ਵੀਰ ਕਰ ਲਈਏ। ਇਧਰ ਅਜੇ ਕੁੰਡੀ ਪੇ ਹਿਲਦੀ, ਅੱਲਾ ਫਰਮਾਇਆ ਅਸੀਂ ਇੱਕੋ ਰਾਤ ਨੂੰ ਹੀ ਜਿੱਦਾਂ ਲੰਬਾ ਕਰ ਲਵਾਂਗੇ, ਯਾਰ ਸਿਧਰਾ ਟੱਪ ਤੇ ਲਵੇ, ਨਾ ਰਾਤ ਮੁੱਕੇਗੀ ਨਾ ਵਾਪਸ ਜਾਣਗੇ, ਅਸੀਂ ਇੱਕੋ ਹੀ ਰਾਤ ਨੂੰ 18,000 ਸਾਲ ਦੀ ਬਣਾ ਦੇਵਾਂਗੇ। ਕਿਆ ਬਾਤ! ਹੁਣ ਫਰਿਸ਼ਤੇ ਜਿਬਰੀਲ ਨੂੰ ਕਹਿ ਰਹੇ ਜਾਓ ਜਿਬਰੀਲਾ ਤੂੰ ਯਾਰ ਲਿਆ ਜਾ, ਜਿਬਰੀਲਾ ਤੂੰ ਯਾਰ ਲਿਆ, ਸਾਡਾ ਦੀਦ ਕਰਨ ਨਾ ਜੀ ਕਰਦਾ, ਹੁਣ ਯਾਰ ਮਹਬੂਬ ਦੇ
सिदरा ते बैठा की करदा जा जिबरीला यार लिया साडा दीद करन नु जी करदा हुण जिबरील तैयारियां कर रहे ते जिन्ना ओ जाना उस उत्ते इबागे जाके अर्ज करांगा इंशाल्लाह जिब्रील अर्ज की यार जिदा मेहमान अजमत वाला हो भी सवारी भी उदी अजमत वाली प्रोटोकॉल भी उम्मीद होना चाहिए ना इश्क नाज नहीं करता इश्क अपनी इबादत ते नाज नहीं करता और ना कुछ जिन 40,000 साल मुहम्मद की याद चिरों दिया गुजर गए उन्हें नाद नहीं किया क्या लगा 40,000 साल पहले मखमली वाले का नाम सुनिया मैं सुनिया हजूर ने एक दिन मिराज करन होना ते किसी बुर्राक ने सवारी बननी है ते मैंने ख्याल आया मेरा रंग भी नहीं ते रूप भी नहीं इश्क भी बिलाल वर्गा नहीं ते उड़ीक भी वैसे वाली नहीं ते मैंने माही कि मैं पसंद करेंगे ते मैं रोन लग पिया मैं रोन लग पिया मैंने 40,000 साल गुजर गए यार दिया याद आ चलो दिया ਇਹ ਮਿਲਦੇ ਨੌਜਵਾਨਾਂ ਮੇਰਾ ਦਿਲ ਕਰਦਾ ਮੈਂ ਸਿਰ ਤੁਹਾਨੂੰ ਅੱਜ ਮਿਰਾਜ ਨਾਲ ਸੁਣਾ ਕੇ ਜਾਵਾਂ ਮਿਰਾਜ ਦੇ ਵਿੱਚੋਂ ਸਾਨੂੰ ਜੋ ਜੋ ਮਿਲਦਾ ਮੈਂ ਉਹ ਵੀ ਦੇ ਕੇ ਜਾਵਾਂ ਨਹੀਂ ਤੇ ਪੁੱਛ ਉਹਨਾਂ ਕੋਲ ਜਿਹੜੇ ਰੋਏ ਤੇ ਕੰਮ ਬਣ ਗਿਆ ਹਜ਼ੂਰ ਨੇ ਫਰਮਾਇਆ ਕਿਆਮਤ ਦਾ ਦਿਨ ਹੋਵੇਗਾ ਤੇ ਕੋ ਗੁਨਾਹਗਾਰ ਨੂੰ ਹੁਕਮ ਹੋਵੇਗਾ ਕਿ ਨੂੰ ਦੋਜ਼ਖ ਖਿੱਚ ਲੈ ਜਾਵੇ ਫਰਿਸ਼ਤਿਆਂ ਨੂੰ ਖਿੱਚ ਕੇ ਦੋਜ਼ਖ ਖਬਰ ਲੈ ਜਾਣਗੇ ਅਚਾਨਕ ਉਹਦੀ ਅੱਖ ਦਾ ਇੱਕ ਵਾਲ ਰੌਲਾ ਪਾ ਦੇਵੇਗਾ ਤੇ ਮਾਸ਼ਰ ਦੇ ਮੈਦਾਨ ਚ ਆਖੇਗਾ ਮੈਂ ਨਹੀਂ ਜਾਣਾ ਦੋਜ਼ਖ ਖਿੱਚ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਅੱਲਾ ਫਰਮਾਏਗਾ ਇਹ ਬੰਦੇ ਨੂੰ ਜ਼ਰਾ ਵਾਪਸ ਲਿਆ ਉਹ ਆਵੇਗਾ ਅੱਲਾ ਫਰਮਾਏਗਾ ਉਹਦੀ ਅੱਖ ਦੇ ਵਾਲ ਨੂੰ ਹੁਕਮ ਦੇਵੇਗਾ ਤੂੰ ਕਿਉਂ ਸ਼ੂਰ ਕਰਨਾ ਹੈ ਉਹ ਅੱਖ ਦਾ ਵਾਲ ਅਰਜ਼ ਕਰੇਗਾ ਯਾ ਅੱਲਾ ਮੈਂ ਦੁਨੀਆ ਤੇ ਸੁਣਿਆ ਜਿਹੜਾ ਤੇਰੇ ਖੌਫ ਵਿੱਚ ਰਹੇਗਾ ਉਹ ਦੋਜ਼ਖ ਚ ਨਹੀਂ ਜਾਏਗਾ ਕਿਹਦੀ ਅੱਖ ਵਿੱਚੋਂ ਮੱਛੀ ਦੇ ਵਾਲ ਜਿੰਨਾ ਅਥਰੂ ਇੱਕ ਤੇਰੇ ਖੌਫ ਦਾ ਵਾਲ ਆਵੇਗਾ ਉਹ ਦੋਜ਼ਖ ਚ ਨਹੀਂ ਜਾਵੇਗਾ ਅੱਖ ਦਾ ਵਾਲ ਅਰਜ਼ ਕਰੇਗਾ ਯਾ ਅੱਲਾ ਇਹ ਹੈ ਤੇ ਬੜਾ ਗੁਨਾਹਗਾਰ ਸੀ ਪਰ ਇਸ ਰਾਜ ਰੋਇਆ ਸੀ ਇਹਦੀ ਅੱਖ ਦਾ ਅਥਰੂ ਮੇਰੇ ਨਾਲ ਲਟਕਦਾ ਰਿਹਾ ਯਾ ਅੱਲਾ ਮੈਂ ਗਿੱਲਾ ਹੋ ਗਿਆ ਸਾ ਅੱਲਾ ਫਰਮਾ ਗਏ ਬੰਦੇ ਨੂੰ ਜੰਨਤ ਚ ਲੈ ਜਾਓ ਮਾਸ਼ਰ ਦੇ ਮੈਦਾਨ ਚ ਰੌਲੇ ਪੈ ਜਾਣਗੇ ਦੇਖੋ ਕਿਹਦਾ ਪਸਤਾ ਅੱਲਾ ਦੇ ਨਬੀ ਯੂਸਫ ਅਲੈਹਿਸਸਲਾਮ ਖੂਹ ਦੇ ਪਾਣੀ ਵੱਲ ਜਾ ਵੱਲ ਜਾ ਵੱਲ ਜਾ
ਚਲਿਆ ਕਿ ਰੱਬ ਦੇ ਨਬੀ ਦੇ ਕਦਮਾਂ ਦੇ ਥੱਲੇ ਵਿਛਾਇਆ ਅੱਲਾ ਦੇ ਨਬੀ ਉਸ ਜਾ ਕੇ ਤਖ਼ਤ ਤੇ ਬੈਠ ਗਏ ਉਹ ਯਹੂਦਾ ਦੀ ਦੀਵਾਰੀ ਚੋਂ ਨਿਕਲ ਕੇ ਤਖ਼ਤ ਤੇ ਬੈਠ ਗਿਆ ਹਜ਼ਰਤ ਯੂਸਫ ਫਰਮਾਨ ਲੱਗਿਆ ਇਹਨੂੰ ਤੇ ਖੂਨ ਚ ਵੀ ਰਾਸ ਪਿਆ ਹੈ ਤੂੰ ਕਿੱਥੋਂ ਆਇਆ ਹੈ ਹੱਥ ਜੋੜ ਕੇ ਕਹਿਣ ਲੱਗਾ ਨਬੀ ਅੱਲਾ ਵੀਰਾਂ ਦਾ ਗਿਲਾ ਨਾ ਕਰੀ ਇਹਨੂੰ ਖੂਨ ਚ ਵੀਰਾ ਨਹੀਂ ਸੁੱਟਿਆ ਤੈਨੂੰ ਖੂਨ ਚ ਮੇਰੀਆਂ ਸਮੁੰਦਰੀ ਵਾਲੇ ਪਤਾ ਲੱਗਿਆ ਉਡੀਕਾਂ ਸੱਚੀਆਂ ਹੋਣ ਤੇ ਮਾਹੀ ਚੱਲ ਕੇ ਆਪ ਆ ਜਾਂਦੇ ਨੇ ਪਰ ਕੋਈ ਉਡੀਕ ਤੇ ਲਾਵੇ ਕਿਸ ਨੂੰ ਉਡੀਕ ਤੇ ਹੋਵੇ ਜਿਹੜਾ ਨੌਜਵਾਨ ਰਾਤ ਨੂੰ ਸੌਣ ਲੱਗੇ ਇੰਡੀਆ ਦੀ ਫਿਲਮ ਵੇਖ ਕੇ ਸੌਵੇ ਉਹਨੇ ਉਡੀਕ ਤੇ ਨਾ ਫਿਰ ਨਬੀ ਦੀ ਲਾਈ ਹੋਈ ਤੇ ਜਿਹੜਾ ਨੌਜਵਾਨ ਇਸ਼ਾ ਪੜ੍ਹ ਕੇ ਉਸੇ ਵਜ਼ੂ ਦੇ ਵਿੱਚ ਹੀ ਦਰੂਦ ਸ਼ਰੀਫ ਪੜ੍ਹਦਾ ਪੜ੍ਹਦਾ ਇਹ ਇੰਜ ਕਰਕੇ ਮਦੀਨੇ ਵੱਲ ਮੂੰਹ ਕਰਕੇ ਉਡੀਕਦਾ ਉਡੀਕਦਾ ਇਹ ਕਹਿੰਦਾ ਸੌ ਜਾਏ ਦੋ ਆਲਮ ਦੇ ਦਾਤਾ ਮਦੀਨੇ ਦੇ ਵਾਲੀ ਦੋ ਆਲਮ ਦੇ ਦਾਤਾ ਮਦੀਨੇ ਦੇ ਵਾਲੀ ਜੇ ਤੇ ਇੰਡੀਆ ਦੇ ਗਾਣੇ ਤੇ ਫਿਲਮਾਂ ਸੁਣਦਾ ਸੋਵੇਗਾ ਤੇ ਫਿਰ ਖਾਬ ਡਰਾਉਣੇ ਆਉਣਗੇ ਤੇ ਜੇ ਖਿਆਲ ਤੇ ਉਡੀਕ ਮੁਸਤਫਾ ਦੀ ਲੈ ਕੇ ਸੋਵੇਗਾ ਫਿਰ ਕਮਲੀ ਵਾਲੇ ਆਵਣਗੇ ਅਹਲੇ ਤਸੱਵਫ ਨੇ ਫਰਮਾਇਆ ਕਿ ਅਗਲਾ ਦਰੂਦ ਸ਼ਰੀਫ ਪੜ੍ਹਨ ਤੋਂ ਪਹਿਲੇ ਪਹਿਲੇ ਜਿਹੜਾ ਪਿਛਲਾ ਪੜ੍ਹਿਆ ਸੀ ਉਹ ਨਬੀ ਪਾਕ ਤੱਕ ਪਹੁੰਚ ਜਾਂਦਾ ਹੈ ਇਹ ਦਰੂਦ ਸ਼ਰੀਫ ਇੱਕ ਚੇਨ ਸਿਸਟਮ ਹੈ ਸੰਗਲ ਵੇਖਿਆ ਨਾ ਇੱਕ ਸੰਗਲ ਦੇ ਨਾਲ ਕੜੀ ਨਾ ਕੜੀ ਮਿਲਦੀ ਹੈ ਤੇ ਕਿਤਨਾ ਲੰਬਾ ਸੰਗਲ ਹੋਵੇ ਤੇ ਇੱਕ ਸਿਰਾ ਹਿਲਾਈਏ ਤੇ ਦੂਸਰਾ ਵੀ ਹਿਲਦਾ ਹੈ ਨਾ ਬਸ ਇੰਜ ਦਰੂਦ ਸ਼ਰੀਫ ਕੜੀ ਨਾ ਕੜੀ ਮਿਲਾ ਕੇ ਪੜਦਾ ਪੜਦਾ ਸੌਂ ਜਾਇਆ ਕਰ ਕੁੰਡੀ ਖੜਕਾ ਦਿਆ ਕਰ ਤੇ ਕੁੰਡੀ ਮਦੀਨਾ ਵੀ ਖੜਕ ਜਾਇਆ ਕਰੇਗੀ ਕਿ ਗੁਲਾਮ ਯਾਦ ਪਿਆ ਕਰਦਾ ਹੈ ਨਬੀ ਪਾਕ ਦੀ ਉਡੀਕ ਰੱਖ ਕੇ ਸੋਇਆ ਕਰ ਖਿਆਲ ਨਬੀ ਪਾਕ ਦੇ ਲੈ ਕੇ ਸੋਇਆ ਕਰ ਉਡੀਕਾਂ ਨਬੀ ਦੀਆਂ ਕਰਦਾ ਸੋਇਆ ਕਰ ਤੇ ਨਾਲੇ ਆਖਿਆ ਕਰੋ ਰੋ ਕੇ ਯਾਦ ਤੇਰੀ ਦਾ ਮਸਲੇ ਵਿਛਾ ਲੈਂਦੇ ਨੇ ਉਹ ਅਮਲਾਂ ਦੇ ਚਰਖੇ ਕੱਤਦੇ ਨੇ ਇਸ ਵੇਲੇ ਰਾਤ ਤੇ ਜਾਗ ਹੀ ਲਈ ਅੱਧੀ ਰਾਤੋਂ ਰਾਤ ਢਲ ਗਈ ਹੈ ਹੁਣ ਬੈਠੇ ਵੀ ਹਾਂ ਤੇ ਯਾਦ ਵੀ ਸੋਹਣੇ ਦੀ ਲੈ ਕੇ ਬੈਠੇ ਹਾਂ ਹੁਣ ਮੈਂ ਸਾਰੇ ਨੂੰ ਨਹੀਂ ਕਹਿੰਦਾ ਬਸ ਜਿੰਨੇ ਜਿੰਨੇ ਦੀਵਾ ਨਬੀ ਦੀ ਯਾਦ ਵਾਲਿਆ ਨਾ ਇਹ ਇਸ ਤਰ੍ਹਾਂ ਕਰਕੇ ਹੱਥ ਖੜਾ ਕਰ ਲਏ ਤੇ ਅੱਖੀਆਂ ਬੰਦ ਕਰਕੇ ਸਿਰ ਨੀਵਾਂ ਕਰ ਲਵੇ ਮੈਂ ਵੇਖਿਆ ਵਾਲਾ ਕਿੰਨੇ ਕਿੰਨੇ ਉਡੀਕ ਲਾਈ ਉਹ ਯਾਰ ਹੋ ਸਕਦਾ ਕਿਸੇ ਦੀ ਇੱਕ ਦੇ ਪੜ੍ਹਨ ਨਾਲ ਕਮਲੀ ਵਾਲੇ ਦੀ ਜ਼ਿਆਰਤ ਨਸੀਬ ਹੋ ਜਾਏ ਸਾਰਿਆਂ ਨੂੰ ਤੇ ਸਾਰੇ ਮਿਲ ਕੇ ਮੇਰੇ ਨਾਲ ਉਹ
ਉਹਨੇ ਫਰਮਾਇਆ ਮੇਰਾ ਕਮਲੀ ਵਾਲਾ ਵੀ ਆਰਾਮ ਪਿਆ ਕਰਦਾ ਜਦੋਂ ਮੇਰੇ ਯਾਰ ਨੇ ਚਿਹਰੇ ਤੋਂ ਚਾਦਰ ਹਟਾਉਣੀ ਇੱਥੇ ਮਾਂ ਤੇ ਹੈ ਕੋਈ ਨਹੀਂ ਜਿਹੜੀ ਆ ਕੇ ਸਜ ਕੇ ਜਾਵਾਂ ਵਾਰੀ ਜਾਵਾਂ ਸੁਭਾਨ ਅੱਲਾਹ ਅੱਲਾਹ ਫਰਮਾਇਆ ਯਾਰ ਦੇ ਚਿਹਰੇ ਦੇ ਸਾਹਮਣੇ ਸਰਾਵਾਸ ਕਰੀ ਜਦੋਂ ਕਮਲੀ ਵਾਲਾ ਚਿਹਰਾ ਤੋਂ ਚਾਦਰ ਹਟਾਵੇਗਾ ਮੈਂ ਕਹਾਂਗਾ ਸੁਭਾਨ ਅੱਲਾਹੀ ਅਸਰਾਂ ਬਸ਼ਰ ਤੇ ਚਾਦਰ ਤਾਨ ਕੇ ਸੂਤਾ ਇਹ ਬਸ਼ਰ ਤੇ ਚਾਦਰ ਤਾਨ ਕੇ ਸੂਤਾ ਤੇ ਨੂਰ ਚੁਮੇ ਪਿਆ ਤਲੀਆਂ ਜਿਸ ਦੀ ਖਾਤਰ ਅਰਸ਼ ਭਰੀ ਦੀਆਂ ਇਹ ਸਜੀਆਂ ਹੋਈਆਂ ਗਲੀਆਂ ਕੌਲਿਆਂ ਦੇ ਵਾਲੀ ਦੀ ਸਵਾਰੀ ਜਾ ਰਹੀ ਜਾ ਰਹੀ ਜਾ ਰਹੀ ਜਾ ਰਹੀ ਤੇ ਆਵਾਜ਼ਾਂ ਆ ਰਹੀਆਂ ਆ ਰਹੀਆਂ ਦਿਸ਼ਾਨ ਵਾਲਿਆ ਅਰਸ਼ਾਂ ਤੇ ਜਾਨ ਵਾਲਿਆ ਜਾਨ ਵਾਲਿਆ ਸ਼ਾਨ ਤੇਰੀ ਬੱਲੇ ਬੱਲੇ ਸ਼ਾਨ ਤੇਰੀ ਬੱਲੇ ਬੱਲੇ ਰੱਬ ਵੀ ਸਲਾਮ ਥੱਲੇ ਦੁਸ਼ਮਨਾਂ ਦੇ ਪੈਰਾਂ ਥੱਲੇ ਚਾਦਰਾਂ ਵਿਛਾਨ ਵਾਲਿਆ ਅਰਸ਼ਾਂ ਤੇ ਜਾਨ ਵਾਲਿਆ ਤਾਹਾ ਦੀ ਸ਼ਾਨ ਫਰਿਸ਼ਤੇ ਬਸ ਮਸਜਿਦ ਅਕਸਾ ਆ ਗਈ 1,24,000 ਨਬੀਆਂ ਖਲੋ ਕੇ ਮੇਰੇ ਨਬੀ ਦਾ ਇਸਤਿਕਬਾਲ ਕੀਤਾ ਜਬਰੀਲ ਅਜ਼ਾਨ ਪੜ੍ਹੀ ਅਜ਼ਾਨ ਪੜ੍ਹ ਕੇ ਅਰਜ਼ ਕੀਤੀ ਮੁਸੱਲੇ ਤੇ ਕਿਨੂੰ ਖੜਾ ਕਰਾਂ ਸਾਰੇ ਹੀ ਨਬੀ ਨੇ ਬੋਲੇ ਹੀ ਨਹੀਂ ਤੁਸੀਂ ਸੁਭਾਨ ਅੱਲਾਹ ਬਾਈ ਸਾਰੇ ਵਜ਼ੀਰ ਆਜ਼ਮ ਇੱਕ ਜਗ੍ਹਾ ਹੋਵਨ ਸਾਰੇ ਵਜ਼ੀਰ ਆਜ਼ਮ ਨੇ ਅੱਲਾਹ ਫਰਮਾਦਾ ਲਾ ਨੁਫਰਿਕੁ ਬੈਨ ਅਹਦਿਮ ਮਿਨ ਰਸੂਲੀ ਅਸੀਂ ਰਸੂਲਾਂ 'ਚ ਫਰਕ ਨਹੀਂ ਕਰਦੇ ਨਫਸੇ ਨਬੂਵਤ 'ਚ ਸਾਰੇ ਨਬੀ ਬਰਾਬਰ ਨੇ ਅਰਜ਼ ਕੀਤੀ ਯਾ ਅੱਲਾਹ ਸਾਰੇ ਹੀ ਨਬੀ ਨੇ ਮੁਸੱਲੇ ਤੇ ਕਿਨੂੰ ਖੜਾ ਕਰਾਂ ਸਾਰੇ ਹੀ ਨਬੀ ਨੇ ਅੱਲਾਹ ਨੇ ਪਰਮਾ ਜਿਬਰੀਲ ਜਿਹੜਾ ਸੋਹਣਾ ਲੱਗਦਾ ਜਿਬਰੀਲ ਨੇ ਕਮਲੀ ਵਾਲੇ ਦਾ ਦਾਮਨ ਪਕੜ ਕੇ ਮੁਸੱਲੇ ਤੇ ਖੜਾ ਕਰ ਦਿੱਤਾ ਉਹਨੇ ਜਵਾਨੀ ਨੇ ਪਰਮਾ ਜਿਬਰੀਲ ਮੇਰਾ ਬਾਬਾ ਆਦਮ ਪਿੱਛੇ ਖੜਾ ਮੇਰਾ ਦਾਦਾ ਇਬਰਾਹੀਮ ਖੜਾ ਵੇਖ ਅੱਲਾਹ ਨਾਲ ਗੱਲਾਂ ਕਰਨ ਵਾਲਾ ਮੂਸਾ ਵੀ ਖੜਾ ਫੂਕਾ ਮਾਰ ਕੇ ਮੁਰਦੇ ਜ਼ਿੰਦਾ ਕਰਨ ਵਾਲਾ ਈਸਾ ਵੀ ਖੜਾ ਪੂਰੀ ਕਾਇਨਾਤ ਸ਼ਹਿਨਸ਼ਾਹ
میرے بتا مرضی دا ام بس یاد خوباں دی دا ام لے تکن تو چیزے دی گری عرض کیتی سونیا تیرے جا سونا مینوں لبا ہی کوئی نہیں جبریل میں نبی نو نماز پڑھا دیا ویکھ کے کہندے ہون گئے ہون گئے ہون گئے ہون گئے یوں تو سارے